ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਢੱਕੀ ਸਾਹਿਬ। ਫਸਟ ਟਾਈਮ ਅਸੀਂ ਜਾ ਰਹੇ ਹਾਂ ਉੱਥੇ। ਵੀਡੀਓਜ਼ ਦੇ ਵਿੱਚ ਦੇਖਿਆ ਸੀ, ਬੜਾ ਅਲੱਗ ਜਿਹਾ ਵਾਤਾਵਰਨ ਹੈ ਉੱਥੋਂ ਦਾ, ਕੁਦਰਤ ਦੇ ਬਹੁਤ ਨੇੜੇ ਹੈ। ਬਾਕੀ ਗੁਰਦੁਆਰਾ ਸਾਹਿਬ ਨਾਲੋਂ ਬਹੁਤ ਹੀ ਅਲੱਗ ਜਿਹਾ ਕੋਨਸੈਪਟ ਹੈ ਉੱਥੋਂ ਦਾ। ਚਲੋ ਬਾਕੀ ਜਾ ਕੇ ਦੇਖਦੇ ਹਾਂ। ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੋਂ ਜਾਣ ਵਾਲਾ ਰਸਤਾ ਵੀ ਬੜਾ ਹੀ ਸ਼ਾਂਤਮਈ ਹੈ। ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਸਿੰਗਲ ਰੋਡ ਹੈ, ਆਸੇ ਪਾਸੇ ਖੇਤ ਨੇ, ਕਦੀ ਘਰ ਆ ਜਾਂਦੇ ਆ, ਕਦੀ ਖੇਤ ਆ ਜਾਂਦੇ ਆ। ਬਹੁਤ ਹੀ ਅਲੱਗ ਜਿਹਾ ਵਾਤਾਵਰਨ ਹੈ। ਬਾਕੀ ਜਾ ਕੇ ਤੁਹਾਨੂੰ ਅੱਗੇ ਦਿਖਾਉਂਦੇ ਹਾਂ। ਦੇਖੋ ਤੁਸੀਂ ਵੀਡੀਓ ਵਿੱਚ ਵੀ ਜਿੱਦਾਂ ਦੇਖ ਰਹੇ ਹੋ, ਸਿੰਗਲ ਰੋਡ ਹੈ ਬਿਲਕੁਲ, ਆਸੇ ਪਾਸੇ ਖੇਤ ਨੇ, ਹਰਿਆਲੀ, ਅੱਖਾਂ ਨੂੰ ਸ਼ਾਂਤੀ ਦੇਣ ਵਾਲੀ, ਪੀਸ ਦੇਣ ਵਾਲੀ, ਸਟ੍ਰੈਸ ਫ੍ਰੀ ਕਰਨ ਵਾਲੀ। ਕਾਫੀ ਤਰ੍ਹਾਂ ਦੇ ਉੱਥੇ ਪਸ਼ੂ ਪੰਛੀ, ਮਤਲਬ ਮੋਰ ਤਾਂ, ਹਾਂ ਮੋਰ ਤਾਂ ਕਾਫੀ ਜ਼ਿਆਦਾ ਹੈਗੇ ਆ। ਬੋਰਡ ਲੱਗਾ ਹੋਇਆ ਰਸਤਾ, ਪੁੱਛਣਾ ਪੈਣਾ ਕਿਸੇ ਨੂੰ ਇੱਥੇ। ਅਸੀਂ ਫਾਈਨਲੀ ਜੀ ਪਹੁੰਚ ਚੁੱਕੇ ਹਾਂ। ਦੇਖੋ ਬਿਲਕੁਲ ਜੰਗਲ ਹੈ, ਕਿੱਕਰ, ਤਰ੍ਹਾਂ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਦਰਖਤ ਇੱਥੇ ਉੱਗੇ ਹੋਏ ਹੈ, ਬਿਲਕੁਲ ਸ਼ਾਂਤੀ, ਇੱਕਦਮ ਸ਼ਾਂਤ ਮਾਹੌਲ ਹੈ ਇੱਥੇ ਦਾ। ਜਿੱਦਾਂ ਤੁਸੀਂ ਦੇਖ ਰਹੇ ਹੋ ਇੱਥੇ ਕਿੰਨੇ ਹੀ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਦਰਖਤ, ਪਿੱਪਲ, ਬੋਰ, ਕਿੱਕਰ, ਬਰੋਟੇ ਔਰ ਕਿੰਨੀ ਹੀ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦੇ ਨਾਲ ਭਰਪੂਰ ਇਹ ਜਗ੍ਹਾ ਹੈ। ਇਹ ਲਗਭਗ 550 ਵਿਘੇ ਵਿੱਚ ਫੈਲੀ ਹੋਈ ਹੈ। ਇਹ ਜਗ੍ਹਾ ਬਾਕੀ ਗੁਰਦੁਆਰਾ ਸਾਹਿਬ ਨਾਲੋਂ ਬੜੀ ਹੀ ਵੱਖਰੀ ਹੈ। ਇੱਥੇ ਕੋਈ ਵੀ ਸੰਗਮਰਮਰ ਦੀਆਂ ਦੀਵਾਰਾਂ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੀਆਂ। ਇਹ ਜਗ੍ਹਾ ਕੁਦਰਤ ਦੇ ਬਹੁਤ ਨਜ਼ਦੀਕ ਹੈ। ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਆਪਣੇ ਕੱਚੇ ਘਰ ਹੁੰਦੇ ਸੀ, ਵਿਹੜੇ ਹੁੰਦੇ ਸੀ ਖੁੱਲ੍ਹੇ ਖੁੱਲ੍ਹੇ, ਉੱਦਾਂ ਹੀ ਕੁਦਰਤੀ ਪੌਦੇ ਉੱਗੇ ਹੁੰਦੇ ਸੀ, ਸੇਮ ਉਸੇ ਤਰ੍ਹਾਂ ਹੀ ਇਹ ਜਗ੍ਹਾ ਹੈ। ਇੱਥੇ ਬਾਬਾ ਜੀ ਨੇ ਕੰਸਟਰਕਸ਼ਨ ਵੱਲ ਧਿਆਨ ਨਾ ਦਿੰਦੇ ਹੋਏ ਇੱਕ ਬਹੁਤ ਵੱਡੀ ਮਾਨਵਤਾ ਦਾ ਜੋ ਇੱਕ ਮੇਨ ਸਾਡਾ ਮੋਟਿਵ ਹੈ ਉਸ ਨੂੰ ਫੋਕਸ ਕੀਤਾ ਹੈ। ਇੱਥੇ ਮਾਨਵ ਜਾਤੀ ਔਰ ਬਾਕੀ ਜੀਵ ਜੰਤੂ ਇੱਕ ਦੂਸਰੇ ਦੇ ਨਾਲ ਬੜੇ ਹੀ ਪਿਆਰ ਨਾਲ ਰਹਿ ਰਹੇ ਨੇ। ਔਰ ਇੱਕ ਅਦਭੁਤ ਨਜ਼ਾਰਾ ਮੈਂ ਜੋ ਦੇਖਿਆ ਕਿ ਦਰਬਾਰ ਸਾਹਿਬ ਵਿੱਚ ਜਦੋਂ ਅਸੀਂ ਮੱਥਾ ਟੇਕ ਕੇ ਬੈਠੇ ਤਾਂ ਇੱਕ ਗਲੈਰੀ ਬੜੇ ਪਿਆਰ ਨਾਲ ਮੇਰੇ ਹੱਥ ਵਿੱਚੋਂ ਆ ਕੇ ਪਤਾਸਾ ਲੈ ਕੇ ਗਈ। ਇਹ ਮੇਰੇ ਲਈ ਬੜਾ ਹੀ ਅਦਭੁਤ ਜਿਹਾ ਨਜ਼ਾਰਾ ਸੀ ਜੋ ਕਿ ਮੈਂ ਪਹਿਲੀ ਵਾਰੀ ਫੀਲ ਕੀਤਾ ਸੀ। ਇੱਥੇ ਆ ਕੇ ਤੁਸੀਂ ਆਪਣੇ ਆਪ ਨੂੰ ਕੁਦਰਤ ਦੇ ਬਹੁਤ ਨੇੜੇ ਮਹਿਸੂਸ ਕਰੋਗੇ। ਤੁਹਾਨੂੰ ਇੱਦਾਂ ਲੱਗੇਗਾ ਜਿੱਦਾਂ ਸਾਡੀ ਬੇਸਿਕ ਜਿਹੜੀ ਨੀਡ ਹੈ ਜਿਉਣ ਦੀ ਉਹ ਸਿਰਫ ਰੋਟੀ, ਕੱਪੜਾ ਔਰ ਮਕਾਨ ਹੀ ਹੈ। ਇੱਥੇ ਦੇ ਸੰਖੇਪ ਜੋ ਇਤਿਹਾਸ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਉਸਦੇ ਅਨੁਸਾਰ ਸੰਤ ਬਾਬਾ ਦਰਸ਼ਨ ਸਿੰਘ ਜੀ 1986-87 ਦੇ ਵਿੱਚ ਇੱਥੇ ਆਏ ਅਤੇ ਉਹਨਾਂ ਨੇ ਆਪਣੀ ਭਗਤੀ ਔਰ ਬੰਦਗੀ ਕਰਕੇ ਇਸ ਜਗ੍ਹਾ ਨੂੰ ਜੰਗਲ ਦੇ ਵਿੱਚ ਮੰਗਲ ਕਰ ਦਿੱਤਾ ਔਰ ਹਰ ਇੱਕ ਜੀਵ ਜੰਤੂ ਮਨੁੱਖ ਦੇ ਬਹੁਤ ਨੇੜੇ ਅਤੇ ਪਿਆਰ ਦੇ ਨਾਲ ਇੱਥੇ ਰਹਿ ਰਿਹਾ ਹੈ। ਇਹ ਬਾਬਾ ਜੀ ਦੀ ਤਪੱਸਿਆ ਦਾ ਹੀ ਫਲ ਹੈ। ਅੱਜ ਇੱਥੇ ਲੱਖਾਂ ਹੀ ਪ੍ਰਾਣੀ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਵਹਿਮਾਂ ਭਰਮਾਂ 'ਚੋਂ ਨਿਕਲ ਕੇ ਨਸ਼ਿਆਂ ਦਾ ਤਿਆਗ ਕਰਕੇ
ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ। ਮਹਾਂਪੁਰਸ਼ਾਂ ਦਾ ਉਪਦੇਸ਼ ਸਰਵ ਸਾਂਝਾ ਹਰ ਪ੍ਰਾਣੀ ਲਈ ਆਪਣੇ ਆਪਣੇ ਧਰਮ ਵਿੱਚ ਪਰਪੱਕ ਹੋਣਾ, ਪਰਮਾਤਮਾ ਦੀ ਯਾਦ ਵਿੱਚ ਲੀਨ ਹੋ ਕੇ ਆਦਰਸ਼ ਮਨੁੱਖ ਬਣਨਾ, ਭਰੂਣ ਹੱਤਿਆ ਅਤੇ ਦਾਜ ਦਹੇਜ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਉੱਪਰ ਉੱਠਣਾ, ਵੱਡਿਆਂ ਦਾ ਸਤਿਕਾਰ ਕਰਨਾ, ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਅਤੇ ਕੀਰਤਨ ਭਗਤੀ ਰਾਹੀਂ ਮਨ ਦੀ ਸ਼ਾਂਤੀ ਅਤੇ ਤਨ ਮਨ ਦੇ ਦੁੱਖ ਰੋਗ ਦੂਰ ਕਰਨ ਲਈ ਪ੍ਰੇਰਿਤ ਕਰਨਾ ਹੈ। ਇੱਥੇ ਭਜਨ ਬੰਦਗੀ ਤੋਂ ਬਿਨਾਂ ਫਾਲਤੂ ਗੱਲਾਂ ਜਾਂ ਕਿਸੇ ਧਰਮ, ਅਵਤਾਰ, ਸ਼ਾਸਤਰ, ਧਾਰਮਿਕ ਅਸਥਾਨਾਂ ਆਦਿ ਦੀ ਨਿੰਦਾ ਕਰਨ ਦਾ ਹੁਕਮ ਨਹੀਂ ਹੈ। ਇੱਥੇ ਮਨੁੱਖਤਾ ਦੇ ਭਲੇ ਲਈ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸੰਗਤਾਂ ਦੇ ਸਹਿਯੋਗ ਨਾਲ ਯਤਨ ਹੋ ਰਹੇ ਹਨ। ਇਸ ਅਸਥਾਨ ਨੂੰ ਤੁਸੀਂ ਜਿਸ ਪਾਸੋਂ ਵੀ ਦੇਖੋਗੇ ਤੁਹਾਨੂੰ ਪੁਰਾਣੇ ਜ਼ਮਾਨੇ ਦੀ ਝਲਕ ਦੇਖਣ ਨੂੰ ਮਿਲੇਗੀ। ਔਰ ਇਹ ਇੰਨਾ ਕੁ ਸ਼ਾਂਤਮਈ ਹੈ, ਇੰਨਾ ਜ਼ਿਆਦਾ ਸ਼ਾਂਤ ਵਾਤਾਵਰਨ ਹੈ ਕਿ ਤੁਹਾਡਾ ਮਾਨਸਿਕ ਅਤੇ ਸਰੀਰਕ ਸਾਰੀ ਥਕਾਨ, ਸਾਰੀ ਟੈਨਸ਼ਨ ਇੱਥੇ ਆ ਕੇ ਦੂਰ ਹੋ ਜਾਂਦੀ ਹੈ। ਅਸੀਂ ਇੱਥੇ ਦਿਨ ਟਾਈਮ ਆਏ ਸੀ ਔਰ ਦਿਨ ਟਾਈਮ ਇੰਨਾ ਸ਼ਾਂਤ ਵਾਤਾਵਰਨ ਹੈ ਔਰ ਮੈਂ ਇਸ ਚੀਜ਼ ਨੂੰ ਸੋਚ ਕੇ ਬਹੁਤ ਹੈਰਾਨ ਹੋ ਰਹੀ ਸੀ ਕਿ ਸਵੇਰ ਦਾ ਜਿਹੜਾ ਇੱਥੋਂ ਦਾ ਮਾਹੌਲ ਹੈ ਉਹ ਕਿੰਨਾ ਆਨੰਦਮਈ, ਕਿੰਨਾ ਸ਼ਾਂਤੀ ਵਾਲਾ ਔਰ ਕਿੰਨਾ ਠੰਡ ਵਾਲਾ ਹੁੰਦਾ ਹੋਏਗਾ। ਇਹ ਬਹੁਤ ਵਧੀਆ ਜਗ੍ਹਾ ਹੈ, ਹਰ ਇੱਕ ਬੰਦੇ ਨੂੰ ਇੱਥੇ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ ਹੈ। ਬੜਾ ਹੀ ਅਲੱਗ ਅਨੁਭਵ ਹੁੰਦਾ ਹੈ ਇੱਥੇ ਆ ਕੇ। ਤਪੋਵਨ ਢੱਕੀ ਸਾਹਿਬ ਮਕਸੂਦਣਾ ਪਿੰਡ ਵਿੱਚ ਸਥਿਤ ਹੈ ਔਰ ਇਹ ਤਹਿਸੀਲ ਪਾਇਲ ਪੈਂਦੀ ਹੈ ਔਰ ਇਹ ਲੁਧਿਆਣੇ ਤੋਂ ਲਗਭਗ 37 ਕਿਲੋਮੀਟਰ, 30 ਤੋਂ ਲੈ ਕੇ 37 ਕਿਲੋਮੀਟਰ, ਜਿੱਦਾਂ ਮੇਰੇ ਘਰ ਤੋਂ 30 ਕਿਲੋਮੀਟਰ ਦੂਰ ਹੈ ਔਰ ਲਗਭਗ ਤੁਹਾਨੂੰ 40-45 ਮਿੰਟ ਆਰਾਮ ਨਾਲ ਤੁਸੀਂ ਇੱਥੇ ਪਹੁੰਚ ਸਕਦੇ ਹੋ। ਔਰ ਕਮੈਂਟ ਬਾਕਸ ਵਿੱਚ ਦੱਸੋ ਕਿ ਤੁਸੀਂ ਇੱਥੇ ਕਿੰਨੀ ਵਾਰ ਆਏ ਹੋ ਔਰ ਇਹ ਜਗ੍ਹਾ ਤੁਹਾਡੇ ਘਰ ਤੋਂ ਕਿੰਨੇ ਕਿਲੋਮੀਟਰ ਦੂਰ ਹੈ। ਔਰ ਅਗਰ ਤੁਸੀਂ ਕਦੇ ਨਹੀਂ ਵੀ ਆਏ ਤਾਂ ਇੱਕ ਵਾਰ ਇੱਥੇ ਜ਼ਰੂਰ ਆਓ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ, ਇਸ ਆਨੰਦਮਈ ਮਾਹੌਲ ਦਾ ਆਨੰਦ ਮਾਣੋ। ਔਰ ਧੰਨਵਾਦ ਵੀਡੀਓ ਦੇ ਵਿੱਚ ਬਣੇ ਰਹਿਣ ਲਈ। ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਸਮਾਈਲੀ ਮੀਡੀਆ ਟੀਵੀ।